खबरां दी शुरुआत अहम खबर तो पंजाब च कोरोना तेजी नाल वधदा जा रहा है। हालात बेहद नाजुक बने हुए ने। अजिहे हालातां दे विच सोशल डिस्टेंस प्रति गंभीर होण दी लोड़ है, पर पंजाब दे बस अड्डियां दे विच नियमां दी परवाह नहीं कीती जा रही। अधिकारियां दी लापरवाही कारण सोशल डिस्टेंस दा जरूरी नियम मजाक बन के रह गया है। तुरंत प्रभाव नाल जेकर जरूरी कदम ना चुके गए तां बस अड्डे विच बेकाबू भीड़ पंजाब दी जनता लई जानलेवा साबित हो सकदी है। दस्योग है कि पंजाब सरकार दे वलों सोशल डिस्टेंसिंग बनाए रखन दे लई बसां विच 50% लोकां दे बैठन दा नियम लागू कीता गया है, पर प्राइवेट बसां वालियां वलों इन्हां नियमां नूं ताक के रख्या जा रहा है। बस अड्डे विच लोकां दे बैठन दौरान सोशल डिस्टेंस बिल्कुल वेखण नूं नहीं मिल रहा। बसां दी उडीक करन वाले लोकां लई जिहड़े बेंच लाए गए ने उन्हां विच इक सीट छड्ड के बैठन दा उचित प्रबंध नहीं कीता गया। हालात इन्ने बदतर ने कि पंजाब च सरकारी बसां दी गिनती घट होण दे कारण औरतां नूं लंबे लंबे समय तक इंतजार करना पै रहा है। भावें कोरोना ने अमृतसर जिले च पूरा कहर मचाया होया है ते हर रोज इस भयानक बीमारी दे नाल मरण वालियां दी दर च लगातार वाधा हो रहा है, परंतु शहर च चल रहे कई नामी होटलां दे मालिक लगदा इस महामारी नूं गंभीरता नाल नहीं लै रहे ने, परंतु अमृतसर पुलिस ते प्रशासन इस नूं कंट्रोल करन लई पप्पा पार होया दिखाई दे रहा है। तस्वीरां सामने आईयां ने गुरु की नगरी अमृतसर तों, जिथे शहर दे कुछ नामी होटलां च कोविड नियमां नूं छिक्के ढंग दे व्याह पार्टी दे जश्न मनाए जा रहे ने, परंतु ज्यों ही इस दी सूचना पुलिस नूं मिली तां फिर की सी, पै गईयां पार्टी करन वालियां नूं भाजणा। पुलिस ने कीती वड्डी कारवाई ते कोविड दीयां हदायतां दी उलंघना करन दे दोष हेठ वख-वख तरावां लगा के होटल मालकां, मैनेजरां अते समागम बुक कराउण वालियां ते परचा दर्ज करके अगली कारवाई शुरू कर दित्ती गई है। ਸਹਿਯੋਗ ਹੈ ਕਿ ਪੰਜਾਬ ਸਰਕਾਰ ਨੇ ਕੋਵਿਡ-19 ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਵਿਆਹ ਸਮਾਗਮਾਂ ਅਤੇ ਪਾਰਟੀ 'ਚ 20 ਲੋਕਾਂ ਤੋਂ ਜ਼ਿਆਦਾ ਇਕੱਠ ਕਰਨ 'ਤੇ ਪਾਬੰਦੀ ਲਗਾਈ ਹੋਈ ਹੈ। ਇਹਦੇ ਵਿੱਚ ਜਿੱਦਾਂ ਜਿੱਦਾਂ ਸਾਡੇ ਕੋਲ ਗਾਈਡਲਾਈਨਸ ਆਉਂਦੀਆਂ ਨੇ ਪੰਜਾਬ ਗਵਰਨਮੈਂਟ ਵੱਲੋਂ, ਮਾਨਯੋਗ DGP ਸਾਹਿਬ ਪੰਜਾਬ ਸ਼੍ਰੀ ਦਿਨਕਰ ਗੁਪਤਾ ਜੀ IPS ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਇਹਦੇ ਵਿੱਚ ਮੀਟਿੰਗ ਲਈ ਗਈ ਸੀ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ, ਡਾਕਟਰ ਸੁਖਚੈਨ ਸਿੰਘ ਜੀ ਗਿੱਲ IPS ਅੰਮ੍ਰਿਤਸਰ ਕਮਿਸ਼ਨਰ ਪੁਲਿਸ। ਉਹਨਾਂ ਨੇ ਅੱਗੇ ਸਾਰਿਆਂ ਨੂੰ ਇਸ ਗੱਲ ਦੇ ਵਾਸਤੇ ਹਦਾਇਤ ਕੀਤੀ ਸੀ ਕਿ ਜਦੋਂ ਵੀ ਅਗਰ ਡਿਊਰਿੰਗ ਕੋਵਿਡ ਇਹਦੇ ਵਿੱਚ ਜਿਹੜੀਆਂ ਗਾਈਡਲਾਈਨਸ ਆਈਆਂ ਨੇ, ਅਗਰ ਕੋਈ ਵੀ ਮੈਰਿਜ ਪੈਲੇਸ, ਕੋਈ ਵੀ ਹੋਟਲ ਇਹਨਾਂ ਗਾਈਡਲਾਈਨਸ ਦੀ ਉਲੰਘਣਾ ਕਰਦਾ ਹੈ ਤਾਂ ਉਹਨਾਂ ਦੇ ਖਿਲਾਫ਼ ਜਿਹੜਾ ਉਹ ਸਖ਼ਤ ਐਕਸ਼ਨ ਲਿਆ ਜਾਵੇ, ਜਿਹਦੇ ਤਹਿਤ ਕੱਲ੍ਹ ਜਿਹੜਾ ਹੈਗਾ ਆ ਸਾਡੇ ਟੋਟਲ 2 FIR ਦਰਜ ਕੀਤੀਆਂ ਗਈਆਂ ਨੇ। 4 ਹੋਟਲ ਸੀਗੇ, ਮੈਰਿਜ ਪੈਲੇਸ ਸੀਗੇ, ਜਿਹਨਾਂ ਦੇ ਅਗੇਂਸਟ ਜਿਹੜੀ ਆ ਉਹ ਮੈਨੇਜਮੈਂਟ ਡਿਜ਼ਾਸਟਰ ਐਕਟ ਅਤੇ 188 ਸੈਕਸ਼ਨ ਦੇ ਤਹਿਤ ਜਿਹੜਾ ਹੈਗਾ ਆ ਉਹ ਮੁਕੱਦਮੇ ਦਰਜ ਕੀਤੇ ਗਏ ਨੇ। ਔਰ ਅੱਗੇ ਤੋਂ ਵੀ ਇਹਦੇ ਵਿੱਚ ਜਿਹੜਾ ਹੈਗਾ ਉਹ ਸਾਰਿਆਂ ਨੂੰ ਬੁਲਾ ਕੇ ਮਾਨਯੋਗ DCP ਰਾਜਡਰ ਸਾਹਿਬ ਵੱਲੋਂ ਸਾਰੇ ਮੈਨੇਜਮੈਂਟ ਦੇ ਨਾਲ ਬੈਠ ਕੇ ਜਿਹੜਾ ਆ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਗਰ ਕੋਈ ਵੀ ਵਿਅਕਤੀ ਜਿਹੜਾ ਆ ਉਹ ਦਿੱਤੀਆਂ ਹੋਈਆਂ ਗਾਈਡਲਾਈਨਸ ਦੀ ਉਲੰਘਣਾ ਕਰੇਗਾ ਤਾਂ ਉਹਦੇ ਖਿਲਾਫ਼ ਜਿਹੜਾ ਆ ਉਹ ਸਖ਼ਤ ਐਕਸ਼ਨ ਜਿਹੜਾ ਉਹ ਲਿਆ ਜਾਏਗਾ। ਗੱਲ ਕਲੀਅਰ ਕਰਿਓ, ਜੋ ਲੋਕ ਉੱਥੇ ਆਉਂਦੇ ਨੇ ਉਹਨਾਂ ਖਿਲਾਫ਼ ਕਾਰਵਾਈ ਹੋਏਗੀ ਜਾਂ ਜਿਹੜੇ ਹੋਟਲ ਨੇ ਉਹਨਾਂ ਦੇ ਪ੍ਰਬੰਧਕਾਂ ਖਿਲਾਫ਼? ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜਾ ਪ੍ਰਬੰਧਕ ਹੈਗਾ ਜਿਹੜਾ ਉੱਥੇ ਲੋਕਾਂ ਨੂੰ ਗੈਦਰ ਕਰ ਰਿਹਾ ਹੈ, ਜਿਹੜਾ ਪ੍ਰੋਗਰਾਮ ਬੁੱਕ ਕਰ ਰਿਹਾ, ਉਹਨਾਂ ਦੇ ਖਿਲਾਫ਼ ਐਕਸ਼ਨ ਲਿਆ ਜਾਏਗਾ। ਔਰ ਉਸਦੇ ਨਾਲ ਨਾਲ ਜਿਹੜਾ ਹੈਗਾ ਆ ਲੋਕਾਂ ਦੇ ਵਾਸਤੇ ਵੀ ਇਹ ਗਾਈਡਲਾਈਨਸ ਹੈਗੀਆਂ ਨੇ ਕਿ ਅਗਰ ਕੋਈ ਉਸ ਗੈਦਰਿੰਗ ਦੇ ਵਿੱਚ ਸ਼ਾਮਿਲ ਹੁੰਦਾ ਹੈ ਜਿਹੜੀ ਕਿ 20 ਬੰਦਿਆਂ ਤੋਂ ਜ਼ਿਆਦਾ ਗੈਦਰਿੰਗ ਹੈ ਤਾਂ ਉਹਨਾਂ ਨੂੰ ਕੁਆਰੰਟਾਈਨ ਵੀ ਕਰਨਾ ਪਵੇਗਾ, ਉਹਨਾਂ ਦੇ ਜਿਹੜੇ ਟੈਸਟ ਹੈ ਉਹ ਵੀ ਕੀਤੇ ਜਾਣਗੇ। ਸੋ ਇਸ ਤਰ੍ਹਾਂ ਦੇ ਕਾਫੀ ਗਾਈਡਲਾਈਨਸ ਨੇ ਜਿਹੜੀਆਂ ਲੋਕਾਂ ਨੂੰ ਜਿਹੜੀਆਂ ਟਾਈਮ ਬਾਈ ਟਾਈਮ ਅਸੀਂ ਜਿਹੜਾ ਉਹ ਅਵੇਅਰ ਕਰ ਰਹੇ ਹਾਂ, ਬਟ ਫਿਰ ਵੀ ਲੋਕ ਅਗਰ ਇਸ ਚੀਜ਼ ਨੂੰ ਨਹੀਂ ਮੰਨਦੇ ਜਾਂ ਉਹ ਕਿਸੇ ਵੀ ਕਾਨੂੰਨ ਦੀ ਉਲੰਘਣਾ ਕਰਦੇ ਨੇ ਤਾਂ ਉਹਨਾਂ ਦੇ ਖਿਲਾਫ਼ ਸਟ੍ਰਿਕਟ ਐਕਸ਼ਨ ਜਿਹੜਾ ਹੈ ਅੰਮ੍ਰਿਤਸਰ ਪੁਲਿਸ ਵੱਲੋਂ ਲਿਆ ਜਾਵੇਗਾ। ਅੰਮ੍ਰਿਤਸਰ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਰਿਜ਼ੋਰਟ ਨੇ, ਮੈਡੀਕਲ ਪੈਲੇਸ ਨੇ, ਤਾਂ ਸਕਰੀਨਿੰਗ ਕਿਸ ਤਰ੍ਹਾਂ ਕਰਦੇ ਹੋ ਇਹਨਾਂ ਦੀ, ਕਿਸ ਤਰ੍ਹਾਂ ਵਾਚ ਕਰਦੇ? ਦੇਖੋ, ਇਹਦੇ ਵਿੱਚ ਅਸੀਂ ਆਪਣੀਆਂ ਸਪੈਸ਼ਲ ਬ੍ਰਾਂਚ ਦੀਆਂ ਟੀਮਸ ਲਾਈਆਂ ਹੋਈਆਂ ਨੇ, CID ਯੂਨਿਟ ਦੇ ਨਾਲ ਅਸੀਂ ਜਿਹੜਾ ਲਗਾਤਾਰ ਇਸ ਮਸਲੇ ਦੇ ਵਿੱਚ ਜਿਹੜਾ ਉਹ ਸਾਡੀਆਂ ਮੀਟਿੰਗਸ ਹੁੰਦੀਆਂ ਨੇ, ਪਲੱਸ ਸਾਡੇ ਆਪਣੇ ਜਿਹੜੇ ਸੋਰਸਿਸ ਹੈਗੇ ਨੇ ਉਹਨਾਂ ਤੋਂ ਇਨਫੋਰਮੇਸ਼ਨ ਗੈਦਰ ਕਰਕੇ ਉਹਨਾਂ ਦੀਆਂ CCTV ਫੁਟੇਜ ਵਗੈਰਾ ਜਿਹੜੀਆਂ ਉਹ ਅਸੀਂ ਲੈ ਰਹੇ ਹਾਂ। ਔਰ ਇਨ ਫਿਊਚਰ ਜਿਹੜਾ ਆ ਇਸ ਗੱਲ ਨੂੰ ਬਿਲਕੁਲ ਮੈਂ ਯਕੀਨੀ ਬਣਾਉਣਾ ਕਿ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਪੁਲਿਸ ਜਿਹੜੀ ਆ ਉਹ ਕੋਵਿਡ ਦੀ ਇਸ ਮਹਾਂਮਾਰੀ ਦੇ ਚੱਲਦੇ ਜਿਹੜਾ ਆ ਅੰਮ੍ਰਿਤਸਰ ਦੇ ਵਸਨੀਕਾਂ ਦੇ ਲਈ ਬਿਲਕੁਲ ਹਮੇਸ਼ਾ ਤਤਪਰਤਾ ਤਿਆਰ ਹੈ ਡਿਊਟੀ ਨਿਭਾਉਣ ਨੂੰ, ਔਰ ਜਿੱਥੇ ਕਿਤੇ ਵੀ ਪਬਲਿਕ ਨੂੰ ਸਾਡੇ ਸਹਿਯੋਗ ਦੀ ਲੋੜ ਹੈ ਅਸੀਂ ਬਿਲਕੁਲ ਤਿਆਰ ਹਾਂ ਉਸ ਸਹਿਯੋਗ ਦੇਣ ਵਾਸਤੇ। ਔਰ ਜਿੰਨੀਆਂ ਵੀ ਗਾਈਡਲਾਈਨਸ ਪੰਜਾਬ ਗਵਰਨਮੈਂਟ ਵੱਲੋਂ ਸਾਨੂੰ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਬਿਲਕੁਲ ਉਹਨਾਂ ਦੀ ਜਿਹੜੀ ਆ ਉਹ ਸਹੀ ਤਰੀਕੇ ਦੇ ਨਾਲ ਸਹੀ ਢੰਗ ਦੇ ਨਾਲ ਜਿਹੜਾ ਆ ਉਹ ਅਸੀਂ ਜਿਹੜੀ ਕੰਪਲਾਈਂਸ ਆ ਉਹ ਕਰਵਾਵਾਂਗੇ। ਲੋਕਾਂ ਨੂੰ ਕੀ ਖਾਸ ਅਪੀਲ ਕਰਨਾ ਚਾਹੋਗੇ ਜਾਂ ਮੈਰਿਜ ਪੈਲਸ ਵਾਲਿਆਂ ਨੂੰ ਕੀ ਖਾਸ ਅਪੀਲ ਕਰਨਾ?
ਦੇਖੋ ਮੇਰੀ ਇਹੀ ਅਪੀਲ ਹੈ ਕਿ ਇਹ ਬਿਮਾਰੀ ਜਿਹੜੀ ਹੈਗੀ ਆ ਇਹ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਹੀ ਡੇਂਜਰਸ ਬਿਮਾਰੀ ਹੈ ਜਿਸ ਦੇ ਨਾਲ ਕਾਫੀ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਲੋਕਾਂ ਨੂੰ ਆ ਰਹੀਆਂ ਨੇ ਸੋ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਵੱਧ ਤੋਂ ਵੱਧ ਆਪਣੇ ਆਪ ਨੂੰ ਜਿਹੜਾ ਹੈਗਾ ਆ ਉਹ ਭੀੜ ਭੜੱਕੇ ਵਾਲੀ ਜਗ੍ਹਾ ਦੇ ਵਿੱਚ ਜਾਣ ਤੋਂ ਰੋਕੋ ਆਪਣੇ ਆਪ ਨੂੰ ਉਸ ਜਗ੍ਹਾ 'ਤੇ ਨਾ ਲੈ ਕੇ ਜਾਓ ਜਿੱਥੋਂ ਕਿ ਇਸ ਚੀਜ਼ ਬਿਮਾਰੀ ਦੇ ਫੈਲਣ ਦਾ ਖਤਰਾ ਹੋ ਸਕਦਾ ਹੈ ਅਤੇ ਮਾਸਕ ਫੇਸ ਮਾਸਕ ਜਿਹੜਾ ਉਹਨੂੰ ਪਾ ਕੇ ਰੱਖੋ ਅਗਰ ਤੁਸੀਂ ਕਿਸੇ ਭੀੜ ਭੜੱਕੇ ਵਾਲੀ ਜਗ੍ਹਾ 'ਤੇ ਜਾਂਦੇ ਹੋ ਅਗਰ ਤੁਹਾਨੂੰ ਮਜਬੂਰੀ ਕਾਰਨ ਕਦੀ ਕਿਤੇ ਜਾਣਾ ਵੀ ਪੈਂਦਾ ਹੈ ਅਤੇ ਆਪਣੇ ਜਿਹੜੇ ਹੱਥ ਵਗੈਰਾ ਹੈਗੇ ਉਹਨਾਂ ਨੂੰ ਸਮੇਂ ਸਿਰ ਧੋਂਦੇ ਰਹੋ ਸੈਨੇਟਾਈਜ਼ ਕਰਦੇ ਰਹੋ ਬਟ ਫਿਰ ਵੀ ਮੈਂ ਇਹ ਕਹੂੰਗਾ ਕਿ ਕੋਸ਼ਿਸ਼ ਕਰੋ ਕਿ ਕਿਸੇ ਵੀ ਭੀੜ ਭੜੱਕੇ ਵਾਲੀ ਜਗ੍ਹਾ 'ਤੇ ਉਹ ਨਾ ਜਾਓ ਅਤੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਜਿਹੜਾ ਹੈ ਉਹ ਇਸ ਬਿਮਾਰੀ ਤੋਂ ਬਚਾਓ ਥੈਂਕ ਯੂ ਅੰਮ੍ਰਿਤਸਰ 'ਚ ਆਕਸੀਜਨ ਦੀ ਕਮੀ ਦੇ ਚੱਲਦੇ 6 ਲੋਕਾਂ ਦੀ ਹੋਈ ਮੌਤ ਦੇ ਮਾਮਲੇ ਦੇ ਵਿੱਚ ਹੁਣ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ। ਇਸ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ, ਜਿਸ ਵਿੱਚ ਉਹਨਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਹਸਪਤਾਲ ਦੀ ਅਣਗਹਿਲੀ ਸਾਹਮਣੇ ਆ ਰਹੀ ਹੈ, ਲੇਕਿਨ ਹਸਪਤਾਲ ਨੇ ਸਮੇਂ ਸਿਰ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਕਿ ਨਹੀਂ ਕੀਤਾ। ਤਮਾਮ ਤੱਥਾਂ ਦੀ ਜਾਂਚ ਦੇ ਵਾਸਤੇ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਜੋ ਜਲਦ ਆਪਣੀ ਰਿਪੋਰਟ ਸੌਂਪੇਗੀ। ਦੱਸ ਦਈਏ ਕਿ ਬੀਤੇ ਦਿਨੀ ਅੰਮ੍ਰਿਤਸਰ ਦੇ ਨੀਲਕੰਠ ਹਸਪਤਾਲ ਦੇ ਵਿੱਚ ਆਕਸੀਜਨ ਦੀ ਕਮੀ ਨਾਲ 6 ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ਮਰੀਜ਼ਾਂ ਵਿੱਚ 5 ਕੋਰੋਨਾ ਦੇ ਮਰੀਜ਼ ਸੀ ਅਤੇ 1 ਮਰੀਜ਼ ਕਿਸੇ ਹੋਰ ਬਿਮਾਰੀ ਦੇ ਨਾਲ ਪੀੜਿਤ ਸੀ। ਮਰੀਜ਼ਾਂ ਦੇ ਵਿੱਚ ਇੱਕ 28 ਸਾਲ ਦਾ ਇੱਕ ਨੌਜਵਾਨ ਵੀ ਸੀ। ਦੇਖੋ ਪਰਮਾਤਮਾ ਨਾ ਕਰੇ ਬਹੁਤ ਮਾੜਾ ਕੰਮ ਹੋਇਆ, ਪਰ ਇਨਕੁਆਇਰੀ ਜਿਹੜੀ ਆ ਉਹ ਹੁਣ ਅਸੀਂ ਟੀਮ ਬਣਾ ਦਿੱਤੀ ਹੈ, ਇਨਕੁਆਇਰੀ ਕਰੇਗੀ। ਜੋ ਹੁਣ ਤੱਕ ਪਾਇਆ ਗਿਆ, ਜੋ ਸਾਡੇ ਸਿਵਲ ਸਰਜਨ ਜਾਂ ਟੀਮ ਵੇਖ ਕੇ ਆਈ ਹੈ, ਉਹ ਹੋਸਪਿਟਲ ਦੀ ਅਣਗਹਿਲੀ ਕਰਕੇ ਇਹਨਾਂ ਦੱਸਿਆ ਕਿ ਉਹਦੀ ਅਣਗਹਿਲੀ ਕਰਕੇ ਸਾਨੂੰ ਕਿਹਾ ਜਾ ਰਿਹਾ ਵੀ ਤੁਸੀਂ ਇਹ ਐਕਸੈਪਟ ਕਰ ਲਓ ਵੀ ਬੰਦੇ ਬਿਮਾਰ ਸੀ ਇਸ ਕਰਕੇ ਮਰ ਗਏ, ਆਕਸੀਜਨ ਦੀ ਇਹਦੇ ਵਿੱਚ ਕੋਈ ਘਾਟ ਨਹੀਂ ਸੀਗੀ। ਇਹ ਵੀ ਕਦੀ ਹੋ ਸਕਦਾ ਤੁਸੀਂ ਭੰਡਾਰੀ ਜੀ ਦੀਆਂ ਗੱਲਾਂ ਆਪਾਂ ਨਾ ਕਰੀਏ, ਬਿਮਾਰੀ ਨਾਲ ਜੂਝ ਰਹੇ ਆ, ਪ੍ਰਬੰਧ ਕਿਹੋ ਜਿਹੇ ਅੱਜ 6 ਮਰੇ ਆ ਤੇ ਅਸੀਂ ਜਾਗ ਗਏ ਆ, ਪ੍ਰਬੰਧ ਕਿਹੋ ਜਿਹੇ ਹੋਣੇ ਚਾਹੀਦੇ ਆ 6 ਮਰੇ ਬਹੁਤ ਹੋ ਗਏ ਆ। ਪ੍ਰਬੰਧ ਤਾਂ ਸਾਰੇ ਸਰਕਾਰ ਵੱਲੋਂ ਕੀਤੇ ਗਏ ਨੇ। ਹੁਣ ਦੇਖੋ ਹਸਪਤਾਲਾਂ 'ਚ ਅੱਜ ਦੇ ਨਹੀਂ ਕਦੋਂ ਦਾ ਕਰੋਨਾ ਚੱਲਿਆ, ਸਾਲ ਤੋਂ ਉੱਪਰ ਹੋ ਗਿਆ, ਹੋ ਹੀ ਜਾਣਾ ਪ੍ਰਬੰਧ ਹੋ ਹੀ ਜਾਣਾ, ਪੇਸ਼ੈਂਟ ਠੀਕ ਹੋ ਕੇ ਜਾ ਹੀ ਰਹੇ ਨੇ ਨਾ। ਸੋ ਇਹ ਨਹੀਂ ਗੱਲ ਵੀ ਪ੍ਰਬੰਧ ਨਹੀਂ ਹੈਗੇ, ਹਰ ਤਰ੍ਹਾਂ ਦੇ ਪ੍ਰਬੰਧ ਨੇ। ਤੇ ਜਿੱਥੋਂ ਤੱਕ ਪ੍ਰਾਈਵੇਟ ਹੋਸਪਿਟਲਾਂ ਦਾ ਸਵਾਲ ਹੈ, ਉਹ ਹੁਣ ਉਹਨਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਨਾ ਪ੍ਰਾਈਵੇਟ ਹੋਸਪਿਟਲਾਂ ਦੀ, ਕਿ ਜੇ ਉਹਨਾਂ ਪੇਸ਼ੈਂਟ ਨੇ ਐਡਮਿਟ ਕੀਤੇ ਨੇ ਤੇ ਉਹਨਾਂ ਦੀ ਜ਼ਿੰਮੇਵਾਰੀ ਵੀ ਉਹਨਾਂ ਦੀ ਬਣਦੀ ਆ। ਹਾਂ, ਸਰਕਾਰ ਨੂੰ ਇਹਨਾਂ ਨੂੰ ਕੋਈ ਮੁਸ਼ਕਿਲ ਆਉਂਦੀ ਆ ਉਹ ਸਰਕਾਰ ਦੇ ਧਿਆਨ 'ਚ ਲਿਆਉਣ, ਜੇ ਫਿਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜੇ ਫਿਰ ਅਸੀਂ ਜ਼ਿੰਮੇਵਾਰ ਹਾਂ। ਅਗਲੀ ਅਹਿਮ ਖਬਰ ਦੇਸ਼ ਦੀ ਰਾਜਧਾਨੀ ਦਿੱਲੀ ਤੋਂ। ਦਿੱਲੀ 'ਚ ਜਿਸ ਤਰ੍ਹਾਂ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ, ਉਸੇ ਨੂੰ ਵੇਖਦੇ ਹੋਏ ਸੂਬਾ ਸਰਕਾਰ 1 ਹਫ਼ਤੇ ਦੇ ਲੌਕਡਾਊਨ ਨੂੰ ਵਧਾ ਸਕਦੀ ਹੈ। ਸੂਤਰਾਂ ਦੇ ਮੁਤਾਬਕ ਦਿੱਲੀ ਦੇ CM ਅਰਵਿੰਦ ਕੇਜਰੀਵਾਲ 1 ਹਫ਼ਤੇ ਦੇ ਲੌਕਡਾਊਨ ਨੂੰ ਲੈ ਕੇ ਚਰਚਾ ਕਰ ਰਹੇ ਨੇ ਅਤੇ ਅੱਜ ਇਸ 'ਤੇ ਫੈਸਲਾ ਆ ਸਕਦਾ ਹੈ। ਦੱਸ ਦਈਏ ਕਿ ਪਿਛਲੇ ਸੋਮਵਾਰ ਨੂੰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਦਿੱਲੀ ਵਿੱਚ 1 ਹਫ਼ਤੇ ਦਾ ਲੌਕਡਾਊਨ ਲਗਾਇਆ ਜਾਵੇਗਾ ਅਤੇ ਕੱਲ੍ਹ ਸਵੇਰੇ 1 ਹਫ਼ਤੇ ਦਾ ਇਹ ਲੌਕਡਾਊਨ ਖਤਮ ਹੋ ਜਾਵੇਗਾ, ਜਿਸ ਤੋਂ ਪਹਿਲਾਂ ਹੀ ਅੱਜ CM ਕੇਜਰੀਵਾਲ ਇਹ ਫੈਸਲਾ ਲੈ ਸਕਦੇ ਨੇ ਕਿ ਦਿੱਲੀ ਦੇ ਵਿੱਚ ਲੌਕਡਾਊਨ ਨੂੰ ਵਧਾ ਸਕਦੇ ਨੇ ਕਿ ਨਹੀਂ। ਦੱਸ ਦਈਏ ਕਿ ਐਕਸਪਰਟ ਮਾਹਿਰਾਂ ਵੱਲੋਂ ਤਾਂ ਇਸ ਲੌਕਡਾਊਨ ਨੂੰ 30 ਅਪ੍ਰੈਲ ਤੱਕ ਵਧਾਉਣ ਦੀ ਸਿਫਾਰਿਸ਼ ਕੀਤੀ ਗਈ ਹੈ, ਕਿਉਂਕਿ ਦਿੱਲੀ ਦੇ ਵਿੱਚ ਜਦੋਂ ਦਾ ਲੌਕਡਾਊਨ ਲੱਗਿਆ ਪੋਜ਼ਿਟਿਵ ਕੋਰੋਨਾ ਮਾਮਲਿਆਂ ਦੇ ਵਿੱਚ ਮਾਮੂਲੀ ਜਿਹੀ ਗਿਰਾਵਟ ਵੇਖਣ ਨੂੰ ਮਿਲੀ ਹੈ। ਹਾਲਾਂਕਿ ਮੌਤਾਂ ਦਾ ਅੰਕੜਾ ਤਾਂ ਵੱਧਦਾ ਹੀ ਜਾ ਰਿਹਾ ਹੈ। ਇਸ ਦੇ ਵਿਚਾਲੇ ਅੱਜ ਦਿੱਲੀ ਦੇ CM ਅਰਵਿੰਦ ਕੇਜਰੀਵਾਲ 1 ਹਫ਼ਤੇ ਲਈ ਲੌਕਡਾਊਨ ਨੂੰ ਵਧਾ ਸਕਦੇ ਨੇ, ਕਿਉਂਕਿ ਦਿੱਲੀ ਦੇ ਵਿੱਚ ਕੋਰੋਨਾ ਦੇ ਮਾਮਲੇ ਥਮਨ ਦਾ ਨਾਂ ਨਹੀਂ ਲੈ ਰਹੇ ਨੇ। ਸੋ ਅੱਜ ਕੋਰੋਨਾ ਦੇ ਬੇਕਾਬੂ ਹਾਲਾਤਾਂ 'ਤੇ ਦਿੱਲੀ ਦੇ CM ਇਹ ਫੈਸਲਾ ਲੈ ਸਕਦੇ ਨੇ। ਪੰਜਾਬ ਵਿੱਚ ਪਿਛਲੀ ਸਰਕਾਰ ਦੌਰਾਨ ਔਰਬਿਟ ਬੱਸ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਰਹੀ। ਹੁਣ ਉਸੇ ਕੰਪਨੀ ਦੀ ਬੱਸ ਨੂੰ ਬਰਨਾਲਾ ਪੁਲਿਸ ਨੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਦਿਆਂ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾਉਣ ਦੇ ਮਾਮਲੇ 'ਚ ਥਾਣੇ 'ਚ ਬੰਦ ਕਰ ਦਿੱਤਾ ਗਿਆ ਹੈ, ਜਦਕਿ ਬੱਸ ਦੇ ਡਰਾਈਵਰ ਕੰਡਕਟਰ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ। ਥਾਣਾ ਮਹਿਲ ਕਲਾਂ ਦੇ SHO ਅਮਰੀਕ ਸਿੰਘ ਨੇ ਦੱਸਿਆ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਅਨੁਸਾਰ ਬਰਨਾਲਾ ਲੁਧਿਆਣਾ ਮੁੱਖ ਮਾਰਗ 'ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਤਾਂ ਇਸੇ ਦੌਰਾਨ ਬਰਨਾਲਾ ਤੋਂ ਲੁਧਿਆਣਾ ਜਾ ਰਹੀ ਔਰਬਿਟ ਬੱਸ ਨੂੰ ਚੈਕਿੰਗ ਦੇ ਲਈ ਰੋਕਿਆ ਗਿਆ, ਤਾਂ ਬੱਸ ਵਿੱਚ 50% ਤੋਂ ਜ਼ਿਆਦਾ ਸਵਾਰੀਆਂ ਬੈਠੀਆਂ ਹੋਈਆਂ ਸਨ, ਜਿਸ ਤੋਂ ਬਾਅਦ ਔਰਬਿਟ ਬੱਸ ਦੇ ਡਰਾਈਵਰ ਜਗਮੀਤ ਸਿੰਘ ਅਤੇ ਕੰਡਕਟਰ ਜਸਵੀਰ ਸਿੰਘ ਦੇ ਖਿਲਾਫ਼ ਧਾਰਾ 188 ਦੇ ਅਧੀਨ ਮਾਮਲਾ ਦਰਜ ਕਰਕੇ ਉਹਨਾਂ ਨੂੰ
ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮੌਕੇ ਤੇ ਹੀ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਜਦਕਿ ਬੱਸ ਨੂੰ ਥਾਣੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ। ਕੋਵਿਡ-19 ਦੇ ਸੰਬੰਧ ਦੇ ਵਿੱਚ ਸਰਕਾਰ ਵੱਲੋਂ ਆਪਾਂ ਨੂੰ ਹਦਾਇਤਾਂ ਆਉਂਦੀਆਂ ਉਹਨਾਂ ਦੀ ਆਪਾਂ ਪਾਲਣਾ ਕਰਵਾ ਰਹੇ ਹਾਂ। ਉਹਦੇ ਵਿੱਚ ਜਿੱਦਾਂ ਬੱਸ ਸਵਾਰੀਆਂ ਹੋ ਗਈਆਂ ਬੱਸ ਵਾਲਿਆਂ ਨੂੰ ਉਹਨਾਂ ਨੂੰ 50% ਅਲਾਊਡ ਹੈ ਸਵਾਰੀਆਂ ਬਿਠਾਉਣ ਦੇ ਵਿੱਚ। ਸਪੈਸ਼ਲ ਫਿਰ ਬੱਸਾਂ ਦੀ ਚੈਕਿੰਗ ਕੀਤੀ ਗਈ ਜਿਸ ਦੇ ਵਿੱਚ ਆਪਾਂ ਨੂੰ ਇੱਕ ਬੱਸ ਦੇ ਵਿੱਚ 50% ਤੋਂ ਜ਼ਿਆਦਾ ਸਵਾਰੀਆਂ ਮਿਲੀਆਂ। ਉਹ ਬੱਸ ਨੰਬਰ ਹੀ ਹੈਗੀ ਹੈ PV03AP99। ਫਿਰ ਆਪਾਂ ਉਸ 'ਤੇ ਜੋ ਸਰਕਾਰ ਦੀਆਂ ਹਦਾਇਤਾਂ ਨੇ ਜੋ ਰੂਲ ਹੈ ਉਹਦੇ ਅਧੀਨ ਕਾਰਵਾਈ ਕਰਦੇ ਹੋਏ 188 ਦਾ ਪਰਚਾ ਦਿੱਤਾ ਗਿਆ ਅਤੇ ਬੱਸ ਜਿਹੜੀ ਕਬਜ਼ਾ ਪੁਲਿਸ ਦੇ ਵਿੱਚ ਲੈ ਲਈ ਹੈ ਅਤੇ ਇਹਦੇ ਡਰਾਈਵਰ ਅਤੇ ਕੰਡਕਟਰ ਸੀਗਾ ਉਹਦੇ ਪਰਚਾ ਦੇ ਕੇ ਆਪਾਂ ਬਰਜਮਾਨਤ ਰਿਹਾ ਕਰਤੇ। ਅੱਗੇ ਬਾਕੀ ਜੋ ਡੁਬਾਈ ਨਾਲ ਤਫਤੀਸ਼ ਇਹਦੀ ਚੱਲ ਰਹੀ ਹੈ। ਬੱਸ ਇਹ ਰਾਜਧਾਨੀ ਵਗੈਰਾ ਹੈ, ਇਹ ਔਰਬਿਟ ਸ਼ੈਲਥ। ਜਿਹੜੀ ਸਾਰਿਆਂ ਨੂੰ ਅਪੀਲ ਹੈ ਜੋ ਸਰਕਾਰ ਦੀਆਂ ਹਦਾਇਤਾਂ ਆਉਂਦੀਆਂ ਨੇ ਵੀ ਉਹਨਾਂ ਦੀ ਪਾਲਣਾ ਕਰੋ ਅਤੇ ਲੋਕਾਂ ਨੂੰ ਜਾਗਰੂਕ ਰਹਿਣ ਦੀ ਲੋੜ ਹੈ ਵੀ ਇਹ ਮਹਾਂਮਾਰੀ ਦੇ ਵਿੱਚ ਪ੍ਰਸ਼ਾਸਨ ਦਾ ਸਾਥ ਦਿਓ ਅਤੇ ਆਪਣਾ ਵੀ ਅਤੇ ਹੋਰ ਲੋਕਾਂ ਦਾ ਵੀ ਬਚਾਅ ਕਰੋ। ਹਾਂ ਵੀਰ ਜੀ, ਜੋ ਸਰਕਾਰ ਦੀਆਂ ਹਦਾਇਤਾਂ ਆਉਂਦੀਆਂ ਰਹਿਣਗੀਆਂ ਇਹ ਆਪਣੀ ਮਹਾਂਮਾਰੀ ਦੇ ਸੰਬੰਧ ਦੇ ਵਿੱਚ ਉਹਦੇ ਸੰਬੰਧ ਦੇ ਵਿੱਚ ਅਸੀਂ ਪਾਲਣਾ ਕਰਵਾਉਂਦੇ ਰਹਾਂਗੇ ਅਤੇ ਆਪ ਵੀ ਖੁਦ ਪਾਲਣਾ ਕਰਦੇ ਰਹਾਂਗੇ। ਦੱਸ ਦਈਏ ਕਿ ਬਰਨਾਲਾ ਜ਼ਿਲ੍ਹੇ ਅੰਦਰ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾਉਣ ਨੂੰ ਲੈ ਕੇ 8 ਪ੍ਰਾਈਵੇਟ ਕੰਪਨੀਆਂ ਵਿਰੁੱਧ ਮਾਮਲੇ ਦਰਜ ਕੀਤੇ ਗਏ ਨੇ ਅਤੇ ਇਹਨਾਂ ਬੱਸਾਂ ਦੇ ਚਾਲਕਾਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਦੇਸ਼ ਭਰ 'ਚ ਆਕਸੀਜਨ ਦੀ ਕਮੀ ਨੂੰ ਲੈ ਕੇ ਹਸਪਤਾਲਾਂ 'ਚ ਵੱਡੇ ਪੱਧਰ 'ਤੇ ਹਾਹਾਕਾਰ ਮੱਚੀ ਹੋਈ ਹੈ, ਪਰ ਉੱਥੇ ਹੀ ਫਰੀਦਕੋਟ ਦੀ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਦੱਸਿਆ ਕਿ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਪਹਿਲਾਂ ਤੋਂ ਹੀ 10 MP ਪਾਵਰ ਦਾ ਇੱਕ ਆਕਸੀਜਨ ਪਲਾਂਟ ਚਲਾਇਆ ਜਾ ਰਿਹਾ ਹੈ। ਇਸ ਪਲਾਂਟ ਦੇ ਮਾਧਿਅਮ ਰਾਹੀਂ ਹਸਪਤਾਲ ਦੇ ਹਰ ਇੱਕ ਵਾਰਡ ਵਿੱਚ ਪਾਈਪ ਲਾਈਨ ਦੇ ਜ਼ਰੀਏ ਆਕਸੀਜਨ ਦੀ ਸਪਲਾਈ ਉਪਲਬਧ ਕਰਵਾਈ ਜਾਂਦੀ ਹੈ। ਤੁਸੀਂ ਸਵਾਲ ਉਠਾਇਆ, ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਆਕਸੀਜਨ ਹੀ ਇੱਕ ਐਸੀ ਇੰਪੋਰਟੈਂਟ ਚੀਜ਼ ਹੈ ਜਿਹੜੀ ਕੋਵਿਡ ਦੀ ਲੜਾਈ 'ਚ ਮਦਦ ਕਰ ਰਹੀ ਹੈ। ਇਸ ਵਾਸਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ ਹੋਸਪਿਟਲ ਜਿਹੜਾ ਸਾਡਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹੈ, ਸਾਡੀ ਇੱਕ ਤਾਂ ਲਿਕੁਇਡ ਆਕਸੀਜਨ ਦਾ ਪਲਾਂਟ ਸਾਡਾ ਲੱਗਿਆ ਕਾਫੀ ਸ਼ੁਰੂ ਤੋਂ ਲੱਗਿਆ। ਇਸ ਲਿਕੁਇਡ ਆਕਸੀਜਨ ਦੀ ਪਲਾਂਟ ਦੀ ਸਾਡੀ ਕਪੈਸਿਟੀ ਜਿਹੜੀ ਹੈ ਤਕਰੀਬਨ 10 ਮੈਟ੍ਰਿਕ ਟਨ ਹੈ, ਔਰ ਸਾਨੂੰ ਕੱਲ੍ਹ 4.5 ਮੈਟ੍ਰਿਕ ਟਨ ਮਿਲੀ ਔਰ ਅੱਜ 8 ਮੈਟ੍ਰਿਕ ਟਨ ਦਾ ਟਰੱਕ ਸਾਡਾ ਆ ਜਾਏਗਾ। ਇਨ ਐਡੀਸ਼ਨ ਟੂ ਦਿਸ, ਅਸੀਂ ਇੱਕ ਆਕਸੀਜਨ ਜਨਰੇਸ਼ਨ ਪਲਾਂਟ ਲਾਇਆ, ਗੌਰਮੈਂਟ ਆਫ ਇੰਡੀਆ ਨੇ ਪਲਾਂਟ ਜੇ ਸੈਂਕਸ਼ਨ ਕੀਤੇ ਤੇ, ਔਰ ਉਹਨਾਂ 'ਚੋਂ ਜਿਹੜਾ ਮੈਡੀਕਲ ਕਾਲਜ ਅਮੰਗ 3 ਮੈਡੀਕਲ ਕਾਲਜ ਫਰੀਦਕੋਟ ਮੈਡੀਕਲ ਕਾਲਜ ਦਾ ਪਲਾਂਟ ਲੱਗ ਚੁੱਕਿਆ ਹੈ, ਔਰ ਇਹਦੇ 'ਚੋਂ ਸਾਡੇ 1000 ਲੀਟਰ ਪਰ ਮਿੰਟ ਆਕਸੀਜਨ ਇਹਦੇ 'ਤੇ ਮਿਲਦੀ ਹੈ। ਕੱਲ੍ਹ ਸਰਕਾਰ ਨੇ ਇੱਕ ਹੋਰ ਫੈਸਲਾ ਕੀਤਾ ਕਿ 3 ਮੈਡੀਕਲ ਕਾਲਜਾਂ ਨੂੰ 30-30 ਆਕਸੀਜਨ ਜਨਰੇਸ਼ਨ ਦੇ ਸੈੱਟ ਮਿਲਣਗੇ। ਉਹ ਜਿਹੜੇ ਆਕਸੀਜਨ ਜਨਰੇਸ਼ਨ ਹੈ ਉਹਦੇ 'ਚ ਵੀ ਆਕਸੀਜਨ ਬਣਦੀ, ਪਰ ਉਹ ਐਸੇ ਪੇਸ਼ੈਂਟ ਨੂੰ ਦਿੱਤੇ ਜਾਂਦੇ ਜਿਹਦੇ 'ਚ ਆਕਸੀਜਨ ਦੀ ਲੋੜ ਘੱਟ ਹੈ। ਸੋ ਤਕਰੀਬਨ L2 ਦੇ ਪੇਸ਼ੈਂਟ ਨੂੰ ਜੇ ਲੋੜ ਪੈਂਦੀ ਹੋਵੇ ਤਾਂ ਅਸੀਂ ਉਹ 30 ਜਿਹੜੇ ਆਕਸੀਜਨ ਜਨਰੇਸ਼ਨ ਸੈੱਟ ਹੈ ਉਹ ਸਾਨੂੰ ਮਿਲ ਜਾਣਗੇ। ਉਹਦੇ ਨਾਲ ਸਾਡੀ ਜਿਹੜੀ ਡਿਮਾਂਡ ਆਫ ਦੀ ਪੇਸ਼ੈਂਟਸ ਹੂ ਆਰ ਵੈਰੀ ਸੀਰੀਅਸ, ਉਹਦੇ ਵਾਸਤੇ ਸਾਡਾ ਜਿਹੜਾ ਆਕਸੀਜਨ ਯੂਟੀਲਾਈਜ਼ ਨਹੀਂ ਹੋਣੀ, ਔਰ ਉਹ ਅਸੀਂ ਉੱਧਰ ਯੂਟੀਲਾਈਜ਼ ਕਰ ਸਕਦੇ ਜਿਹੜੇ ਸਾਡੇ ਪੇਸ਼ੈਂਟ L3 ਦੇ ਪੇਸ਼ੈਂਟਸ ਹੈ। ਸੋ ਓਵਰਆਲ ਅੱਜ ਦੇ ਦਿਨ 'ਚ ਜਾਂ ਅਗਲੇ ਕੁਛ ਦਿਨਾਂ ਤੱਕ ਜਿੰਨੀ ਵੀ ਆਕਸੀਜਨ ਦੀ ਲੋੜ ਸਾਨੂੰ ਫਰੀਦਕੋਟ 'ਚ ਪਏਗੀ ਉਹ ਕਾਫੀ ਪੂਰੀ ਹੈ। ਸਾਡੇ L2 L3 ਦੇ ਕੋਲ ਤਕਰੀਬਨ 160 ਪੇਸ਼ੈਂਟਸ ਸਾਡੇ ਕੋਲ ਦਾਖਲ ਹੈ। ਸਾਡੀ ਟੋਟਲ ਕਪੈਸਿਟੀ ਜਿਹੜੀ ਹੈ ਉਹ 450 ਪੇਸ਼ੈਂਟਸ ਦੀ ਹੈਗੀ ਹੈ। ਜੇ ਸਾਡੇ ਪੇਸ਼ੈਂਟ ਹੋਰ ਵੱਧਦੇ ਹੋਏ ਤਾਂ ਅਸੀਂ ਵੀ ਵਿਲ ਬੀ ਏਬਲ ਟੂ ਕੋਪ ਅਪ, ਸਾਡੇ ਅਕੋਮੋਡੇਟ ਕਰਾਂਗੇ ਅਸੀਂ। ਉਹਦੇ ਵਾਸਤੇ ਸਾਡੇ ਪਾਸ ਮੈਨ ਪਾਵਰ ਵੀ ਹੈਗੀ ਹੈ, ਦਵਾਈਆਂ ਵੀ ਹੈਗੀਆਂ, ਆਕਸੀਜਨ ਵੀ।
दस दिए कि फरीदकोट विच लगे प्लांट विचों हर मिनट विच 1000 लीटर ऑक्सीजन मिलती है। उत्थे इस दे अलावा सरकार ने तिना मेडिकल कॉलेजां दे विच 30-30 ऑक्सीजन जनरेशन सेट मंजूर किए ने जो कि छेती ही फरीदकोट पहुंच रहे ने। खबरां दी शुरुआत अहम खबर तो पंजाब च कोरोना तेजी नाल वधदा जा रहा है। हालात बेहद नाजुक बने हुए ने। अजिहे हालातां दे विच सोशल डिस्टेंस प्रति गंभीर होने की लोड़ है, पर पंजाब दे बस अड्डियां दे विच नियमां दी परवाह नहीं की जा रही। अधिकारियां दी लापरवाही कारण सोशल डिस्टेंस का जरूरी नियम मजाक बन के रह गया है। तुरंत प्रभाव नाल जेकर जरूरी कदम ना चुके गए तो बस अड्डे विच बेकाबू भीड़ पंजाब की जनता लई जानलेवा साबित हो सकती है। दस्सेयो गए कि पंजाब सरकार दे वलों सोशल डिस्टेंसिंग बनाए रखन दे लई बसां विच 50% लोकां दे बैठन दा नियम लागू कीता गया है, पर प्राइवेट बसां वालियां वलों इन्हां नियमां नूं ताक के रख्या जा रहा है। बस अड्डे विच लोकां दे बैठन दौरान सोशल डिस्टेंस बिल्कुल वेखण नूं नहीं मिल रहा। बसां दी उडीक करन वाले लोकां लई जिहड़े बेंच लाए गए ने उन्हां विच इक सीट छड्ड के बैठन दा उचित प्रबंध नहीं कीता गया। हालात इन्ने बदतर ने कि पंजाब च सरकारी बसां दी गिनती घट होण दे कारण औरतां नूं लंबे लंबे समें तक इंतजार करना पै रहा है। ਭਾਵੇਂ ਕੋਰੋਨਾ ਨੇ ਅੰਮ੍ਰਿਤਸਰ ਜ਼ਿਲ੍ਹੇ 'ਚ ਪੂਰਾ ਕਹਿਰ ਮਚਾਇਆ ਹੋਇਆ ਹੈ ਅਤੇ ਹਰ ਰੋਜ਼ ਇਸ ਭਿਆਨਕ ਬਿਮਾਰੀ ਦੇ ਨਾਲ ਮਰਨ ਵਾਲਿਆਂ ਦੀ ਦਰ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਪਰੰਤੂ ਸ਼ਹਿਰ 'ਚ ਚੱਲ ਰਹੇ ਕਈ ਨਾਮੀ ਹੋਟਲਾਂ ਦੇ ਮਾਲਕ ਲੱਗਦਾ ਇਸ ਮਹਾਂਮਾਰੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਨੇ, ਪਰੰਤੂ ਅੰਮ੍ਰਿਤਸਰ ਪੁਲਿਸ ਅਤੇ ਪ੍ਰਸ਼ਾਸਨ ਇਸ ਨੂੰ ਕੰਟਰੋਲ ਕਰਨ ਲਈ ਪੱਪਾਂ ਪਾਰ ਹੋਇਆ ਦਿਖਾਈ ਦੇ ਰਿਹਾ ਹੈ। ਤਸਵੀਰਾਂ ਸਾਹਮਣੇ ਆਈਆਂ ਨੇ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ, ਜਿੱਥੇ ਸ਼ਹਿਰ ਦੇ ਕੁਝ ਨਾਮੀ ਹੋਟਲਾਂ 'ਚ ਕੋਵਿਡ ਨਿਯਮਾਂ ਨੂੰ ਛਿੱਕੇ ਢੰਗ ਦੇ ਵਿਆਹ ਪਾਰਟੀ ਦੇ ਜਸ਼ਨ ਮਨਾਏ ਜਾ ਰਹੇ ਨੇ, ਪਰੰਤੂ ਜਿਉਂ ਹੀ ਇਸ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਫਿਰ ਕੀ ਸੀ, ਪੈ ਗਈਆਂ ਪਾਰਟੀ ਕਰਨ ਵਾਲਿਆਂ ਨੂੰ ਭਾਜਣਾ। ਪੁਲਿਸ ਨੇ ਕੀਤੀ ਵੱਡੀ ਕਾਰਵਾਈ ਅਤੇ ਕੋਵਿਡ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਵੱਖ ਵੱਖ ਤਰਾਵਾਂ ਲਗਾ ਕੇ ਹੋਟਲ ਮਾਲਕਾਂ, ਮੈਨੇਜਰਾਂ ਅਤੇ ਸਮਾਗਮ ਬੁੱਕ ਕਰਾਉਣ ਵਾਲਿਆਂ 'ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਕੋਵਿਡ-19 ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਵਿਆਹ ਸਮਾਗਮਾਂ ਅਤੇ ਪਾਰਟੀ 'ਚ 20 ਲੋਕਾਂ ਤੋਂ ਜ਼ਿਆਦਾ ਇਕੱਠ ਕਰਨ 'ਤੇ ਪਾਬੰਦੀ ਲਗਾਈ ਹੋਈ ਹੈ। ਇਹਦੇ ਵਿੱਚ ਜਿੱਦਾਂ ਜਿੱਦਾਂ ਸਾਡੇ ਕੋਲ ਗਾਈਡਲਾਈਨਸ ਆਉਂਦੀਆਂ ਨੇ ਪੰਜਾਬ ਗੌਰਮੈਂਟ ਵੱਲੋਂ, ਮਾਨਯੋਗ DGP ਸਾਹਿਬ ਪੰਜਾਬ ਸ਼੍ਰੀ ਦਿਨਕਰ ਗੁਪਤਾ ਜੀ IPS ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਇਹਦੇ ਵਿੱਚ ਮੀਟਿੰਗ ਲਈ ਗਈ ਸੀ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ, ਡਾਕਟਰ ਸੁਖਚੈਨ ਸਿੰਘ ਜੀ ਗਿੱਲ IPS ਅੰਮ੍ਰਿਤਸਰ ਕਮਿਸ਼ਨਰ ਪੁਲਿਸ। ਉਹਨਾਂ ਨੇ ਅੱਗੇ ਸਾਰਿਆਂ ਨੂੰ ਇਸ ਗੱਲ ਦੇ ਵਾਸਤੇ ਹਦਾਇਤ ਕੀਤੀ ਸੀ ਕਿ ਜਦੋਂ ਵੀ ਅਗਰ ਡਿਊਰਿੰਗ ਏ ਕੋਵਿਡ ਇਹਦੇ ਵਿੱਚ ਜਿਹੜੀਆਂ ਗਾਈਡਲਾਈਨਸ ਆਈਆਂ ਨੇ, ਅਗਰ ਕੋਈ ਵੀ ਮੈਰਿਜ ਪੈਲੇਸ, ਕੋਈ ਵੀ ਹੋਟਲ ਇਹਨਾਂ ਗਾਈਡਲਾਈਨਸ ਦੀ ਉਲੰਘਣਾ ਕਰਦਾ ਹੈ ਤਾਂ ਉਹਨਾਂ ਦੇ ਖਿਲਾਫ਼ ਜਿਹੜਾ ਉਹ ਸਖ਼ਤ ਐਕਸ਼ਨ ਲਿਆ ਜਾਵੇ, ਜਿਹਦੇ ਤਹਿਤ ਕੱਲ੍ਹ ਜਿਹੜਾ ਹੈਗਾ ਆ ਸਾਡੇ ਟੋਟਲ 2 FIR ਦਰਜ ਕੀਤੀਆਂ ਗਈਆਂ ਨੇ। 4 ਹੋਟਲ ਸੀਗੇ, ਮੈਰਿਜ ਪੈਲੇਸ ਸੀਗੇ, ਜਿਹਨਾਂ ਦੇ ਅਗੇਂਸਟ ਜਿਹੜੀ ਆ ਉਹ ਮੈਨੇਜਮੈਂਟ ਡਿਜ਼ਾਸਟਰ ਐਕਟ ਅਤੇ 188 ਸੈਕਸ਼ਨ ਦੇ ਤਹਿਤ ਜਿਹੜਾ ਹੈਗਾ ਆ ਉਹ ਮੁਕੱਦਮੇ ਦਰਜ ਕੀਤੇ ਗਏ ਨੇ। ਔਰ ਅੱਗੇ ਤੋਂ ਵੀ ਇਹਦੇ ਵਿੱਚ ਜਿਹੜਾ ਹੈਗਾ ਉਹ ਸਾਰਿਆਂ ਨੂੰ ਬੁਲਾ ਕੇ ਮਾਨਯੋਗ DCP ਰਾਜਡਰ ਸਾਹਿਬ ਵੱਲੋਂ ਸਾਰੇ ਮੈਨੇਜਮੈਂਟ ਦੇ ਨਾਲ ਬੈਠ ਕੇ ਜਿਹੜਾ ਆ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਗਰ ਕੋਈ ਵੀ ਵਿਅਕਤੀ ਜਿਹੜਾ ਆ ਉਹ ਦਿੱਤੀਆਂ ਹੋਈਆਂ ਗਾਈਡਲਾਈਨਸ ਦੀ ਉਲੰਘਣਾ ਕਰੇਗਾ ਤਾਂ ਉਹਦੇ ਖਿਲਾਫ਼ ਜਿਹੜਾ ਆ ਉਹ ਸਖ਼ਤ ਐਕਸ਼ਨ ਜਿਹੜਾ ਉਹ ਲਿਆ ਜਾਏਗਾ। ਗੱਲ ਕਲੀਅਰ ਕਰਿਓ, ਜੋ ਲੋਕ ਉੱਥੇ ਆਉਂਦੇ ਨੇ ਉਹਨਾਂ ਖਿਲਾਫ਼ ਕਾਰਵਾਈ ਹੋਏਗੀ ਜਾਂ ਜਿਹੜੇ ਹੋਟਲ ਨੇ ਉਹਨਾਂ ਦੇ ਪ੍ਰਬੰਧਕਾਂ ਖਿਲਾਫ਼? ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜਾ ਪ੍ਰਬੰਧਕ ਹੈਗਾ ਜਿਹੜਾ ਉੱਥੇ ਲੋਕਾਂ ਨੂੰ ਗੈਦਰ ਕਰ ਰਿਹਾ, ਜਿਹੜਾ ਪ੍ਰੋਗਰਾਮ ਬੁੱਕ ਕਰ ਰਿਹਾ, ਉਹਨਾਂ ਦੇ ਖਿਲਾਫ਼ ਐਕਸ਼ਨ ਲਿਆ ਜਾਏਗਾ। ਔਰ ਉਸਦੇ ਨਾਲ ਨਾਲ ਜਿਹੜਾ ਹੈਗਾ ਆ ਲੋਕਾਂ ਦੇ ਵਾਸਤੇ ਵੀ ਇਹ ਗਾਈਡਲਾਈਨਸ ਹੈਗੀਆਂ ਨੇ ਕਿ ਅਗਰ ਕੋਈ ਉਸ ਗੈਦਰਿੰਗ ਦੇ ਵਿੱਚ ਸ਼ਾਮਿਲ ਹੁੰਦਾ ਹੈ ਜਿਹੜੀ ਕਿ 20 ਬੰਦਿਆਂ ਤੋਂ ਜ਼ਿਆਦਾ ਗੈਦਰਿੰਗ ਹੈ ਤਾਂ ਉਹਨਾਂ ਨੂੰ ਕੁਆਰੰਟਾਈਨ ਵੀ ਕਰਨਾ ਪਏਗਾ, ਉਹਨਾਂ ਦੇ ਜਿਹੜੇ ਟੈਸਟ ਹੈ ਉਹ ਵੀ ਕੀਤੇ ਜਾਣਗੇ। ਸੋ ਇਸ ਤਰ੍ਹਾਂ ਦੇ ਕਾਫੀ ਗਾਈਡਲਾਈਨਸ ਨੇ ਜਿਹੜੀਆਂ ਲੋਕਾਂ ਨੂੰ ਜਿਹੜੀਆਂ ਟਾਈਮ ਬਾਈ ਟਾਈਮ ਅਸੀਂ ਜਿਹੜਾ ਉਹ ਅਵੇਅਰ ਕਰ ਰਹੇ ਹਾਂ, ਬਟ ਫਿਰ ਵੀ ਲੋਕ ਅਗਰ ਇਸ ਚੀਜ਼ ਨੂੰ ਨਹੀਂ ਮੰਨਦੇ ਜਾਂ ਉਹ ਕਿਸੇ ਵੀ ਕਾਨੂੰਨ ਦੀ ਉਲੰਘਣਾ ਕਰਦੇ ਨੇ ਤਾਂ ਉਹਨਾਂ ਦੇ ਖਿਲਾਫ਼ ਸਟ੍ਰਿਕਟ ਐਕਸ਼ਨ ਜਿਹੜਾ ਹੈ ਉਹ ਅੰਮ੍ਰਿਤਸਰ ਪੁਲਿਸ ਵੱਲੋਂ ਲਿਆ ਜਾਏਗਾ। ਅੰਮ੍ਰਿਤਸਰ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਰਿਜ਼ੋਰਟ ਨੇ, ਮੈਡੀਕਲ ਪੈਲੇਸ ਨੇ, ਤਾਂ ਸਕਰੀਨਿੰਗ ਕਿਸ ਤਰ੍ਹਾਂ ਕਰਦੇ ਹੋ ਇਹਨਾਂ ਦੀ, ਕਿਸ ਤਰ੍ਹਾਂ ਬਾਤ ਕਰਦੇ? ਦੇਖੋ, ਇਹਦੇ ਵਿੱਚ ਅਸੀਂ ਆਪਣੀਆਂ ਸਪੈਸ਼ਲ ਬ੍ਰਾਂਚ ਦੀਆਂ ਟੀਮਸ ਲਾਈਆਂ ਹੋਈਆਂ ਨੇ, CID ਯੂਨਿਟ ਦੇ ਨਾਲ ਅਸੀਂ ਜਿਹੜਾ ਲਗਾਤਾਰ ਇਸ ਮਸਲੇ ਦੇ ਵਿੱਚ ਜਿਹੜਾ ਸਾਡੀਆਂ ਮੀਟਿੰਗਸ ਹੁੰਦੀਆਂ ਨੇ, ਪਲੱਸ ਸਾਡੇ ਆਪਣੇ ਜਿਹੜੇ ਸੋਰਸਿਸ ਹੈਗੇ ਨੇ ਉਹਨਾਂ ਤੋਂ ਇਨਫੋਰਮੇਸ਼ਨ ਗੈਦਰ ਕਰਕੇ ਉਹਨਾਂ ਦੀਆਂ CCTV ਫੁਟੇਜ ਵਗੈਰਾ ਜਿਹੜੀਆਂ ਉਹ ਅਸੀਂ ਲੈ ਰਹੇ ਹਾਂ। ਔਰ ਇਨ ਫਿਊਚਰ ਜਿਹੜਾ ਆ ਇਸ ਗੱਲ ਨੂੰ ਬਿਲਕੁਲ ਮੈਂ ਯਕੀਨੀ ਬਣਾਉਣਾ ਹਾਂ ਕਿ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਪੁਲਿਸ ਜਿਹੜੀ ਆ ਉਹ
कोविड की इस महामारी के चलते जिहड़ा आ अमृतसर के वसनीकों के लिए बिल्कुल हमेशा तत्परता तैयार है ड्यूटी निभाने और जिते कितने भी पब्लिक नूं साडे सहयोग की लोड़ है असीं बिल्कुल तैयार हाँ उस सहयोग देने वास्ते और जिन्नियां भी गाइडलाइनस पंजाब गवर्नमेंट वालों सानूं दित्तियां गईयां ने उन्हां नूं बिल्कुल उन्हां दी जिहड़ी आ उह सही तरीके दे नाल सही ढंग दे नाल जिहड़ा आ उह असीं जिहड़ी कंप्लायंस आ उह करवावांगे। लोकां नूं की खास अपील करना चाहोगे जां मैरिज पैलेस वाले नूं की खास अपील करना? को मेरी यही अपील है कि ये बीमारी जिहड़ी हैगी आ इह सारिआं नूं पता है कि बहुत ही डेंजरस बीमारी है जिस दे नाल काफ़ी सारियां जिहड़ियां प्रॉब्लम्स ने उह लोकां नूं आ रहीआं ने। सो मैं सारिआं नूं अपील करदा कि वध तों वध अपने आप नूं जिहड़ा हैगा आ उह भीड़ भड़के वाली जगह के जाने तो रोको अपने आप को उस जगह पर ना लैके जाओ जितों कि इस चीज़ बीमारी के फैलने का खतरा हो सकता है। मास्क फेस मास्क जिहड़ा उन्हें पा के रखो अगर तुम किसी भीड़ भड़के वाली जगह पर जाते हो अगर तुम्हें मजबूरी कारण कभी कितने जाना भी पैंदा है तो अपने जिहड़े हाथ वगैरह है उन्होंने समय सिर धोते रहो सैनिटाइज करते रहो। बट फिर भी मैं कहूँगा कि कोशिश करो कि किसी भी भीड़ भड़के वाली जगह पर ना जाओ अपनों अपने परिवार को जिहड़ा है वो इस बीमारी से बचाओ। थैंक यू। अमृतसर च ऑक्सीजन की कमी के चलते 6 लोगों की हुई मौत के मामले दे विच हुण जांच कमेटी बना दी गई है। इस बारे मंत्री ओम प्रकाश सोनी ने प्रेस कॉन्फ्रेंस करके जानकारी दी है जिस विच उन्होंने दसिया कि शुरुआती जांच दे विच हस्पताल की अणगहली सामने आ रही है लेकिन हस्पताल ने समय सिर प्रशासन को सूचित किया कि नहीं किया तमाम तत्थों की जांच के वास्ते एक कमेटी का गठन कर दिया गया है जो जल्द अपनी रिपोर्ट सौंपेगी। दस दईए कि बीते दिन ही अमृतसर के नीलकंठ हस्पताल दे विच ऑक्सीजन की कमी नाल 6 मरीजों की मौत हो गई जिन्हां मरीजों विच 5 कोरोना के मरीज सी अते एक मरीज किसी होर बीमारी के नाल पीड़ित सी। मरीजों के विच एक 28 साल का एक नौजवान भी सी। देखो परमात्मा ना करे बहुत माड़ा काम होया पर इंक्वायरी जिहड़ी आ उह हुण असी टीम बनाती है इंक्वायरी करेगी जो हुण तक पाया गया जो साडे सिविल सर्जन जां टीम वेख के आई है उह हॉस्पिटल दी अणगहली करके इहनां दस्सिआ कि उहदी अणगहली करके सारा कुछ हो रहा है। तुसीं इह सैट कर लो वी बंदे बीमार सी इस करके मर गए ऑक्सीजन दी इहदे विच कोई घाट नहीं सी। प्रबंध तो सारे सरकार वालों किए गए ने हुण देखो हस्पताल अज दे नहीं कदों दा कोरोना चलिया साल तो उपर हो गया हो ही गया ना प्रबंध हो ही गया ना पेशेंट ठीक होके जा ही रहे ने ना। सो ये नहीं गल भी प्रबंध नहीं है हर तरह के प्रबंध ने तो जितों तक प्राइवेट हॉस्पिटल सवाल है हूँ उन्होंने की जिम्मेवारी भी बनती है ना प्राइवेट हॉस्पिटल की तो जो उन्होंने पेशेंट ने एडमिट किए ने तो उन्होंने जिम्मेवारी भी उन्होंने बनती है। हाँ सरकार इन्हों कोई मुश्किल आती है उस सरकार के ध्यान च लिया जे फिर सरकार अपनी जिम्मेवारी तो भजे फिर अभी जिम्मेवार। अगली अहम खबर देश की राजधानी दिल्ली तो दिल्ली च जिस तरह कोरोना के मामले लगातार सामने आ रहे हैं उसे वेखते हुए सूबा सरकार एक हफ्ते के लॉकडाउन नू वधा सकती है। सूत्रों के मुताबिक दिल्ली के सीएम अरविंद केजरीवाल एक हफ्ते के लॉकडाउन नू लेके चर्चा कर रहे हैं तो अज इस ते फैसला आ सकता है। दस दिए कि पिछले सोमवार को अरविंद केजरीवाल ने ऐलान किया कि दिल्ली में एक हफ्ते का लॉकडाउन लगाया जाएगा तो कल सवेरे एक हफ्ते का यह लॉकडाउन खत्म हो जाएगा जिस तो पहला ही अज सीएम केजरीवाल वाले फैसला ले सकते ने कि दिल्ली दे विच लॉकडाउन नू वधा सकते ने कि नहीं। दस दिए कि एक्सपर्ट माहिरां वालों तां इस लॉकडाउन नू 30 अप्रैल तक वधाउण दी सिफारिश कीती गई है क्योंकि दिल्ली दे विच जदों दा लॉकडाउन लग्गिया पॉजिटिव कोरोना मामलियां दे विच मामूली जिही गिरावट वेखण नू मिली है हालांकि मौतां दा आंकड़ा तां वधदा ही जा रहा है। इस दे विचाले अज दिल्ली दे सीएम अरविंद केजरीवाल इक हफ्ते लई लॉकडाउन नू वधा सकते ने क्योंकि दिल्ली दे विच कोरोना दे मामले थमन दा नाम नहीं लै रहे ने। सो अज कोरोना के बेकाबू हालातों से दिल्ली के सीएम फैसला ले सकते हैं। पंजाब विच पिछली सरकार दौरान ऑर्बिट बस सब तो वध चर्चा का विषय बनी रही हुण उसे कंपनी की बस नूं बरनाला पुलिस ने कोविड नियमों की उलंघना करदिआं समर्था तो वध सवारियां बिठाउण दे मामले च थाने च बंद कर दिता गया है जबकि बस के ड्राइवर कंडक्टर नूं जमानत ते रिहा किया गया।
थाना महिल कलां दे SHO अमरीक सिंह ने दस्या कि कोरोना दे वधरे मामलियां नूं लैके पंजाब सरकार अते जिला प्रशासन दीआं हदायतां दे अनुसार बरनाला लुधियाणा मुख मार्ग ते वाहनां दी चैकिंग कीती जा रही सी। तां इसे दौरान बरनाला तों लुधियाणा जा रही ऑर्बिट बस नूं चैकिंग दे लई रोकिया गया। तां बस विच 50% तों ज्यादा सवारियां बैठियां होईयां सन, जिस तों बाद ऑर्बिट बस दे ड्राइवर जगमीत सिंह अते कंडक्टर जसवीर सिंह दे खिलाफ धारा 188 दे अधीन मामला दर्ज करके उन्हां नूं गिरफ्तार कर लिया गया है। अते मौके ते ही जमानत ते रिहा कर दिता गया, जबकि बस नूं थाने दे विच बंद कर दिता गया है। COVID-19 ਦੇ ਸੰਬੰਧ ਦੇ ਵਿੱਚ ਸਰਕਾਰ ਵੱਲੋਂ ਆਪਾਂ ਨੂੰ ਹਦਾਇਤਾਂ ਆਉਂਦੀਆਂ ਹੈ, ਉਹਨਾਂ ਦੀ ਆਪਾਂ ਪਾਲਣਾ ਕਰਵਾ ਰਹੇ ਹਾਂ। ਉਹਦੇ ਵਿੱਚ ਜਿੱਦਾਂ ਬੱਸ ਸਵਾਰੀਆਂ ਹੋ ਗਈਆਂ, ਬੱਸ ਵਾਲਿਆਂ ਨੂੰ ਉਹਨਾਂ ਨੂੰ 50% ਅਲਾਊਡ ਹੈ ਸਵਾਰੀਆਂ ਬਿਠਾਉਣ ਦੇ ਵਿੱਚ। ਸਪੈਸ਼ਲ ਅਗਰ ਬੱਸਾਂ ਦੀ ਚੈਕਿੰਗ ਕੀਤੀ ਗਈ, ਜਿਸ ਦੇ ਵਿੱਚ ਆਪਾਂ ਨੂੰ ਇੱਕ ਬੱਸ ਦੇ ਵਿੱਚ 50% ਤੋਂ ਜ਼ਿਆਦਾ ਸਵਾਰੀਆਂ ਮਿਲੀਆਂ। ਉਹ ਬੱਸ ਨੰਬਰ ਹੀ ਹੈਗੀ ਹੈ PB03AP99-76। ਫਿਰ ਆਪਾਂ ਉਸ 'ਤੇ ਜੋ ਸਰਕਾਰ ਦੀਆਂ ਹਦਾਇਤਾਂ ਨੇ, ਜੋ ਰੂਲ ਹੈ, ਉਹਦੇ ਅਧੀਨ ਕਾਰਵਾਈ ਕਰਦੇ ਹੋਏ 188 ਦਾ ਪਰਚਾ ਦਿੱਤਾ ਗਿਆ ਅਤੇ ਬੱਸ ਜਿਹੜੀ ਕਬਜ਼ਾ ਪੁਲਿਸ ਦੇ ਵਿੱਚ ਲੈ ਲਈ ਹੈ। ਅਤੇ ਡਰਾਈਵਰ ਅਤੇ ਕਨੈਕਟਰ ਸੀਗਾ, ਉਹਦੇ ਪਰਚਾ ਦੇ ਕੇ ਆਪਾਂ ਬਰਜਮਾਨ ਤੋਂ ਰਿਹਾਅ ਕਰਤੇ। ਅੱਗੇ ਬਾਕੀ ਜੋ ਡੁਬਾਈ ਨਾਲ ਤਫਤੀਸ਼ ਇਹਦੀ ਚੱਲ ਰਹੀ ਹੈ। ਬਸ ਇਹ ਰਾਜਧਾਨੀ ਬਜ਼ਾਰ ਹੈ, ਇਹ ਔਰਬਿਟ ਸ਼ੈਲਤ। ਸਾਰਿਆਂ ਨੂੰ ਅਪੀਲ ਹੈ, ਜੋ ਸਰਕਾਰ ਦੀਆਂ ਹਦਾਇਤਾਂ ਆਉਂਦੀਆਂ ਨੇ, ਵੀ ਉਹਨਾਂ ਦੀ ਪਾਲਣਾ ਕਰੋ ਅਤੇ ਲੋਕਾਂ ਨੂੰ ਜਾਗਰੂਕ ਰਹਿਣ ਦੀ ਲੋੜ ਹੈ। ਵੀ ਇਹ ਮਹਾਮਾਰੀ ਦੇ ਵਿੱਚ ਪ੍ਰਸ਼ਾਸਨ ਦਾ ਸਾਥ ਦਿਓ ਅਤੇ ਆਪਣਾ ਵੀ ਅਤੇ ਹੋਰ ਲੋਕਾਂ ਦਾ ਵੀ ਬਚਾਅ ਕਰੋ। ਹਾਂ ਵੀਰ ਜੀ, ਜੋ ਸਰਕਾਰ ਦੀਆਂ ਹਦਾਇਤਾਂ ਆਉਂਦੀਆਂ ਰਹਿਣਗੀਆਂ, ਇਹ ਆਪਣੀ ਮਹਾਮਾਰੀ ਦੇ ਸੰਬੰਧ ਦੇ ਵਿੱਚ, ਉਸਦੇ ਸੰਬੰਧ ਦੇ ਵਿੱਚ ਅਸੀਂ ਪਾਲਣਾ ਕਰਵਾਉਂਦੇ ਰਹਾਂਗੇ ਅਤੇ ਆਪ ਵੀ ਖੁਦ ਪਾਲਣਾ ਕਰਦੇ ਰਹਾਂਗੇ। ਦੱਸ ਦਈਏ ਕਿ ਬਰਨਾਲਾ ਜ਼ਿਲ੍ਹੇ ਅੰਦਰ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾਉਣ ਨੂੰ ਲੈ ਕੇ 8 ਪ੍ਰਾਈਵੇਟ ਕੰਪਨੀਆਂ ਵਿਰੁੱਧ ਮਾਮਲੇ ਦਰਜ ਕੀਤੇ ਗਏ ਨੇ ਅਤੇ ਇਹਨਾਂ ਬੱਸਾਂ ਦੇ ਚਾਲਕਾਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਦੇਸ਼ ਭਰ 'ਚ ਆਕਸੀਜਨ ਦੀ ਕਮੀ ਨੂੰ ਲੈ ਕੇ ਹਸਪਤਾਲਾਂ 'ਚ ਵੱਡੇ ਪੱਧਰ 'ਤੇ ਹਾਹਾਕਾਰ ਮੱਚੀ ਹੋਈ ਹੈ, ਪਰ ਉੱਥੇ ਹੀ ਫਰੀਦਕੋਟ ਦੀ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਦੱਸਿਆ ਕਿ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਪਹਿਲਾਂ ਤੋਂ ਹੀ 10 MP ਪਾਵਰ ਦਾ ਇੱਕ ਆਕਸੀਜਨ ਪਲਾਂਟ ਚਲਾਇਆ ਜਾ ਰਿਹਾ ਹੈ। ਇਸ ਪਲਾਂਟ ਦੇ ਮਾਧਿਅਮ ਰਾਹੀਂ ਹਸਪਤਾਲ ਦੇ ਹਰ ਇੱਕ ਵਾਰਡ ਵਿੱਚ ਪਾਈਪ ਲਾਈਨ ਦੇ ਜ਼ਰੀਏ ਆਕਸੀਜਨ ਦੀ ਸਪਲਾਈ ਉਪਲਬਧ ਕਰਵਾਈ ਜਾਂਦੀ ਹੈ। ਤੁਸੀਂ ਸਵਾਲ ਉਠਾਇਆ, ਇਹ ਬੜਾ ਇੰਪੋਰਟੈਂਟ ਕੁਐਸਚਨ ਹੈ, ਕਿਉਂਕਿ ਆਕਸੀਜਨ ਹੀ ਇੱਕ ਐਸੀ ਇੰਪੋਰਟੈਂਟ ਚੀਜ਼ ਹੈ ਜਿਹੜੀ ਕੋਵਿਡ ਦੀ ਲੜਾਈ 'ਚ ਮਦਦ ਕਰ ਰਹੀ ਹੈ। ਇਸ ਵਾਸਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ ਹੋਸਪਿਟਲ, ਜਿਹੜਾ ਸਾਡਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹੈ, ਸਾਡੀ ਇੱਕ ਤਾਂ ਲਿਕੁਇਡ ਆਕਸੀਜਨ ਦਾ ਪਲਾਂਟ ਸਾਡਾ ਲੱਗਿਆ, ਕਾਫੀ ਸ਼ੁਰੂ ਤੋਂ ਲੱਗਿਆ। ਇਸ ਲਿਕੁਇਡ ਆਕਸੀਜਨ ਦੀ ਪਲਾਂਟ ਦੀ ਸਾਡੀ ਕਪੈਸਿਟੀ ਜਿਹੜੀ ਹੈ ਤਕਰੀਬਨ 10 ਮੀਲੀ ਮੈਟ੍ਰਿਕ ਟਨ ਹੈ, ਔਰ ਸਾਨੂੰ ਕੱਲ੍ਹ 4.5 ਮੀਟ੍ਰਿਕ ਟਨ ਮਿਲੀ ਔਰ ਅੱਜ 8 ਮੀਟ੍ਰਿਕ ਟਨ ਦਾ ਟਰੱਕ ਸਾਡਾ ਆ ਜਾਏਗਾ। ਇਨ ਐਡੀਸ਼ਨ ਟੂ ਦਿਸ, ਅਸੀਂ ਇੱਕ ਆਕਸੀਜਨ ਜਨਰੇਸ਼ਨ ਪਲਾਂਟ ਲਾਇਆ, ਗੌਰਮੈਂਟ ਆਫ ਇੰਡੀਆ ਨੇ ਪਲਾਂਟ ਜੇ ਸੈਂਕਸ਼ਨ ਕੀਤੇ ਥੇ, ਔਰ ਉਹਨਾਂ 'ਚੋਂ ਜਿਹੜਾ ਮੈਡੀਕਲ ਕਾਲਜ ਅਮੰਗ 3 ਮੈਡੀਕਲ ਕਾਲਜ ਫਰੀਦਕੋਟ ਮੈਡੀਕਲ ਕਾਲਜ ਦਾ ਪਲਾਂਟ ਲੱਗ ਚੁੱਕਿਆ, ਔਰ ਇਹਦੇ 'ਚੋਂ ਸਾਨੂੰ 1,000 ਲੀਟਰ ਪਰ ਮਿੰਟ ਆਕਸੀਜਨ ਇਹਦੇ 'ਚੋਂ ਮਿਲਦੀ ਹੈ। ਕੱਲ੍ਹ ਸਰਕਾਰ ਨੇ ਇੱਕ ਹੋਰ ਫੈਸਲਾ ਕੀਤਾ ਕਿ 3 ਮੈਡੀਕਲ ਕਾਲਜਾਂ ਨੂੰ 30-30 ਆਕਸੀਜਨ ਜਨਰੇਸ਼ਨ ਦੇ ਸੈੱਟ ਮਿਲਣਗੇ। ਉਹ ਜਿਹੜੇ ਆਕਸੀਜਨ ਜਨਰੇਸ਼ਨ ਹੈ, ਉਹਦੇ 'ਚ ਵੀ ਆਕਸੀਜਨ ਬਣਦੀ, ਪਰ ਉਹ ਐਸੇ ਪੇਸ਼ੈਂਟ ਨੂੰ ਦਿੱਤੇ ਜਾਂਦੇ ਜਿਹਦੇ 'ਚ ਆਕਸੀਜਨ ਦੀ ਲੋੜ ਘੱਟ ਹੈ। ਸੋ ਤਕਰੀਬਨ L2 ਦੇ ਪੇਸ਼ੈਂਟ ਨੂੰ ਜੇ ਲੋੜ ਪੈਂਦੀ ਹੋਵੇ ਤਾਂ ਅਸੀਂ ਉਹ 30 ਜਿਹੜੇ ਆਕਸੀਜਨ ਜਨਰੇਸ਼ਨ ਸੈੱਟ ਹੈ ਉਹ ਸਾਨੂੰ ਮਿਲ ਜਾਣਗੇ। ਉਹਦੇ ਨਾਲ ਸਾਡੀ ਜਿਹੜੀ ਡਿਮਾਂਡ ਆਫ ਦੀ ਪੇਸ਼ੈਂਟਸ ਹੂ ਆਰ ਵੈਰੀ ਸੀਰੀਅਸ, ਉਹਦੇ ਵਾਸਤੇ ਸਾਡਾ ਜਿਹੜਾ ਆਕਸੀਜਨ ਯੂਟੀਲਾਈਜ਼ ਨਹੀਂ ਹੋਣੀ, ਔਰ ਉਹ ਅਸੀਂ ਉੱਧਰ ਯੂਟੀਲਾਈਜ਼ ਕਰ ਸਕਦੇ ਜਿਹੜੇ ਸਾਡੇ ਪੇਸ਼ੈਂਟ L3 ਦੇ ਪੇਸ਼ੈਂਟਸ ਹੈ। ਸੋ ਓਵਰਆਲ ਅੱਜ ਦੇ ਦਿਨ 'ਚ ਜਾਂ ਅਗਲੇ ਕੁਛ ਦਿਨਾਂ ਤੱਕ ਜਿੰਨੀ ਵੀ ਆਕਸੀਜਨ ਦੀ ਲੋੜ ਸਾਨੂੰ ਫਰੀਦਕੋਟ 'ਚ ਪਏਗੀ ਉਹ ਕਾਫੀ ਪੂਰੀ ਹੈ। ਹਾਂਜੀ,
ਸਾਡੇ L2 L3 ਦੇ ਕੋਈ ਤਕਰੀਬਨ 160 ਪੇਸ਼ੈਂਟਸ ਸਾਡੇ ਕੋਲ ਦਾਖਲ ਹੈ। ਸਾਡੀ ਟੋਟਲ ਕਪੈਸਿਟੀ ਜਿਹੜੀ ਹੈ ਉਹ 450 ਪੇਸ਼ੈਂਟਸ ਦੀ ਹੈਗੀ ਹੈ। ਜੇ ਸਾਡੇ ਪੇਸ਼ੈਂਟ ਹੋਰ ਵੱਧਦੇ ਹੋਏ ਤਾਂ ਅਸੀਂ ਵੀ ਵਿਲ ਬੀ ਏਬਲ ਟੂ ਕੋਪ ਅਪ, ਸਾਡੇ ਅਕੋਮੋਡੇਟ ਕਰਾਂਗੇ ਅਸੀਂ। ਉਹਦੇ ਵਾਸਤੇ ਸਾਡੇ ਪਾਸ ਮੈਨ ਪਾਵਰ ਵੀ ਹੈਗੀ ਹੈ, ਦਵਾਈਆਂ ਵੀ ਹੈਗੀਆਂ, ਆਕਸੀਜਨ ਵੀ। ਦੱਸ ਦਈਏ ਕਿ ਫਰੀਦਕੋਟ ਵਿੱਚ ਲੱਗੇ ਪਲਾਂਟ ਵਿੱਚੋਂ ਹਰ ਮਿੰਟ ਵਿੱਚ 1000 ਲੀਟਰ ਆਕਸੀਜਨ ਮਿਲਦੀ ਹੈ। ਉੱਥੇ ਇਸ ਤੋਂ ਇਲਾਵਾ ਸਰਕਾਰ ਨੇ 3 ਮੈਡੀਕਲ ਕਾਲਜਾਂ ਦੇ ਵਿੱਚ 30-30 ਆਕਸੀਜਨ ਜਨਰੇਸ਼ਨ ਸੈੱਟ ਮਨਜ਼ੂਰ ਕੀਤੇ ਨੇ, ਜੋ ਕਿ ਛੇਤੀ ਹੀ ਫਰੀਦਕੋਟ ਪਹੁੰਚ ਰਹੇ ਨੇ। ਖਬਰਾਂ ਦੀ ਸ਼ੁਰੂਆਤ ਅਹਿਮ ਖਬਰ ਤੋਂ। ਪੰਜਾਬ 'ਚ ਕੋਰੋਨਾ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ, ਹਾਲਾਤ ਬੇਹੱਦ ਨਾਜ਼ੁਕ ਬਣੇ ਹੋਏ ਨੇ। ਅਜਿਹੇ ਹਾਲਾਤਾਂ ਦੇ ਵਿੱਚ ਸੋਸ਼ਲ ਡਿਸਟੈਂਸ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ, ਪਰ ਪੰਜਾਬ ਦੇ ਬੱਸ ਅੱਡਿਆਂ ਦੇ ਵਿੱਚ ਨਿਯਮਾਂ ਦੀ ਪਰਵਾਹ ਨਹੀਂ ਕੀਤੀ ਜਾ ਰਹੀ। ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਸੋਸ਼ਲ ਡਿਸਟੈਂਸ ਦਾ ਜ਼ਰੂਰੀ ਨਿਯਮ ਮਜ਼ਾਕ ਬਣ ਕੇ ਰਹਿ ਗਿਆ ਹੈ। ਤੁਰੰਤ ਪ੍ਰਭਾਵ ਨਾਲ ਜੇਕਰ ਜ਼ਰੂਰੀ ਕਦਮ ਨਾ ਚੁੱਕੇ ਗਏ ਤਾਂ ਬੱਸ ਅੱਡੇ ਵਿੱਚ ਬੇਕਾਬੂ ਭੀੜ ਪੰਜਾਬ ਦੀ ਜਨਤਾ ਲਈ ਜਾਨਲੇਵਾ ਸਾਬਿਤ ਹੋ ਸਕਦੀ ਹੈ। ਦੱਸਿਓਗ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਸੋਸ਼ਲ ਡਿਸਟੈਂਸਿੰਗ ਬਣਾਏ ਰੱਖਣ ਦੇ ਲਈ ਬੱਸਾਂ ਵਿੱਚ 50% ਲੋਕਾਂ ਦੇ ਬੈਠਣ ਦਾ ਨਿਯਮ ਲਾਗੂ ਕੀਤਾ ਗਿਆ ਹੈ, ਪਰ ਪ੍ਰਾਈਵੇਟ ਬੱਸਾਂ ਵਾਲਿਆਂ ਵੱਲੋਂ ਇਹਨਾਂ ਨਿਯਮਾਂ ਨੂੰ ਤਾਕ ਕੇ ਰੱਖਿਆ ਜਾ ਰਿਹਾ ਹੈ। ਬੱਸ ਅੱਡੇ ਵਿੱਚ ਲੋਕਾਂ ਦੇ ਬੈਠਣ ਦੌਰਾਨ ਸੋਸ਼ਲ ਡਿਸਟੈਂਸ ਬਿਲਕੁਲ ਵੇਖਣ ਨੂੰ ਨਹੀਂ ਮਿਲ ਰਿਹਾ। ਬੱਸਾਂ ਦੀ ਉਡੀਕ ਕਰਨ ਵਾਲੇ ਲੋਕਾਂ ਲਈ ਜਿਹੜੇ ਬੈਂਚ ਲਾਏ ਗਏ ਨੇ, ਉਹਨਾਂ ਵਿੱਚ 1 ਸੀਟ ਛੱਡ ਕੇ ਬੈਠਣ ਦਾ ਉਚਿਤ ਪ੍ਰਬੰਧ ਨਹੀਂ ਕੀਤਾ ਗਿਆ। ਹਾਲਾਤ ਇੰਨੇ ਬਦਤਰ ਨੇ ਕਿ ਪੰਜਾਬ 'ਚ ਸਰਕਾਰੀ ਬੱਸਾਂ ਦੀ ਗਿਣਤੀ ਘੱਟ ਹੋਣ ਦੇ ਕਾਰਨ ਔਰਤਾਂ ਨੂੰ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ।